ਅੱਜ ਇਹਨਾਂ ਦੀ ਰਾਖੀ ਵਾਸਤੇ, ਇਹਨਾਂ ਦੇ ਹੌਸਲੇ ਵਾਸਤੇ ਵਾਰਸ ਪੰਜਾਬ ਦੀ ਜਥੇਬੰਦੀ ਨੇ ਜਿਹੜਾ ਇੱਥੇ ਮੋਰਚਾ ਲਾਇਆ ਹੋਇਆ ਹੈ। ਜਿੰਨਾ ਚਿਰ ਇਹਦਾ ਕੋਈ ਹੱਲ ਨਹੀਂ ਨਿਕਲਦਾ ਉਹਨਾਂ ਚਿਰ ਨਿਰੰਤਰ ਮੋਰਚਾ ਇਹਨਾਂ ਨੇ ਜਾਰੀ ਰੱਖਣ ਦੀ ਗੱਲ ਕੀਤੀ ਹੈ, ਤੇ ਉਹਦੇ ਨਾਲ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮਰਥਨ ਕਰਦੀ ਰਹੂਗੀ ਤੇ ਆਪਣੇ ਜਿੰਨੇ ਵੀ ਸਿੰਘ ਆ ਉਹ ਇੱਥੇ ਇਹਨਾਂ ਦੇ ਨਾਲ ਰਲ ਕੇ ਬੈਠੇ ਰਹਿਣਗੇ। और ये जिहड़ी लड़ाई है ये मुसलमान ते सिख की नहीं है, ये पंजाबी ते गैर पंजाबी की लड़ाई है। कितने दुध करोना दे विच रोड़दे सी ते डीसी नूं मैमोरेंडम दे के सरदार मान साहब ने इन्हां दा दुध रोड़नों बचाया, ते जे असीं इन्हां वास्ते खलो सकदे ते अपने सिखां वास्ते क्यों नहीं। असीं कोटला गुजरा सरदार कुलवंत सिंह की जिम्मेवारी नाल वारस पंजाब दे नाल इत्थे अपनी जथेबंदी की जिहड़ी संगत दी उन्हां चर रखांगे जिन्ना चर इहदा हल नहीं निकलदा। वाहिगुरू जी का खालसा वाहिगुरू जी की फतेह। अज जिहड़ी घटना इत्थे गुजरां नाल वापरी है, इस नगर दे विच ते उस परिवार दे विच आए हैं। श्रोमणी अकाली दल अंमृतसर सरदार सिमरनजीत सिंह मान वल्लों पूरी जथेबंदी साडी जिहड़ी है इत्थे आई है हाल चाल दा पता लैण। पर असीं इत्थे आण के जो वेख्या है ਉਹ परिवार दे नाल हमदर्दी करदे हां, और असीं ये दसना चाहुंदे कि जिहड़ा ਅੱਜ ਇਹਨਾਂ ਦੀ ਰਾਖੀ ਵਾਸਤੇ, ਇਹਨਾਂ ਦੇ ਹੌਸਲੇ ਵਾਸਤੇ ਵਾਰਸ ਪੰਜਾਬ ਦੀ ਜਥੇਬੰਦੀ ਨੇ ਜਿਹੜਾ ਇੱਥੇ ਮੋਰਚਾ ਲਾਇਆ ਹੋਇਆ ਹੈ। ਜਿੰਨਾ ਚਿਰ ਇਹਦਾ ਕੋਈ ਹੱਲ ਨਹੀਂ ਨਿਕਲਦਾ ਉਹਨਾਂ ਚਿਰ ਨਿਰੰਤਰ ਮੋਰਚਾ ਇਹਨਾਂ ਨੇ ਜਾਰੀ ਰੱਖਣ ਦੀ ਗੱਲ ਕੀਤੀ ਹੈ, ਤੇ ਉਹਦੇ ਨਾਲ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮਰਥਨ ਕਰਦੀ ਰਹੂਗੀ ਤੇ ਆਪਣੇ ਜਿੰਨੇ ਵੀ ਸਿੰਘ ਆ ਉਹ ਇੱਥੇ ਇਹਨਾਂ ਦੇ ਨਾਲ ਰਲ ਕੇ ਬੈਠੇ ਰਹਿਣਗੇ। ਔਰ ਇਹ ਜਿਹੜੀ ਲੜਾਈ ਹੈ ਇਹ ਮੁਸਲਮਾਨ ਤੇ ਸਿੱਖ ਦੀ ਨਹੀਂ ਹੈ, ਇਹ ਪੰਜਾਬੀ ਤੇ ਗੈਰ ਪੰਜਾਬੀ ਦੀ ਲੜਾਈ ਹੈ। ਤੇ ਜੇ ਸਾਡੀ ਪਾਰਟੀ ਇਹਨਾਂ ਦੇ ਕਿਤੇ ਦੁੱਧ ਕਰੋਨਾ ਦੇ ਵਿੱਚ ਰੋੜਦੇ ਸੀ ਤੇ ਅਸੀਂ ਡੀਸੀ ਨੂੰ ਮੈਮੋਰੈਂਡਮ ਦੇ ਕੇ ਸਰਦਾਰ ਮਾਨ ਸਾਹਿਬ ਨੇ ਇਹਨਾਂ ਦਾ ਦੁੱਧ ਰੋੜਨੋਂ ਬਚਾਇਆ, ਤੇ ਜੇ ਅਸੀਂ ਇਹਨਾਂ ਵਾਸਤੇ ਖਲੋ ਸਕਦੇ ਹਾਂ ਤੇ ਆਪਣੇ ਸਿੱਖਾਂ ਵਾਸਤੇ ਕਿਉਂ ਨਹੀਂ। ਅਸੀਂ ਕੋਟਲਾ ਗੁਜਰਾਂ ਸਰਦਾਰ ਕੁਲਵੰਤ ਸਿੰਘ ਦੀ ਜ਼ਿੰਮੇਵਾਰੀ ਨਾਲ ਵਾਰਸ ਪੰਜਾਬ ਦੇ ਨਾਲ ਇੱਥੇ ਆਪਣੀ ਜਥੇਬੰਦੀ ਦੀ ਜਿਹੜੀ ਸ਼ਮੂਲੀਅਤ ਉਹਨਾਂ ਚਿਰ ਰੱਖਾਂਗੇ ਜਿੰਨਾ ਚਿਰ ਇਹਦਾ ਹੱਲ ਨਹੀਂ ਨਿਕਲਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਘਟਨਾ ਇੱਥੇ ਗੁਜਰਾਂ ਨਾਲ ਵਾਪਰੀ ਹੈ, ਇਸ ਨਗਰ ਦੇ ਵਿੱਚ ਤੇ ਉਸ ਪਰਿਵਾਰ ਦੇ ਵਿੱਚ ਆਏ ਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਪੂਰੀ ਜਥੇਬੰਦੀ ਸਾਡੀ ਜਿਹੜੀ ਹੈ ਇੱਥੇ ਆਈ ਹੈ ਹਾਲ ਚਾਲ ਦਾ ਪਤਾ ਲੈਣ। ਪਰ ਅਸੀਂ ਇੱਥੇ ਆਣ ਕੇ ਜੋ ਵੇਖਿਆ ਹੈ ਉਹ ਪਰਿਵਾਰ ਦੇ ਨਾਲ ਹਮਦਰਦੀ ਕਰਦੇ ਹਾਂ, ਔਰ ਅਸੀਂ ਇਹ ਦੱਸਣਾ ਚਾਹੁੰਦੇ ਕਿ ਜਿਹੜਾ ਅੱਜ ਇਹਨਾਂ ਦੀ ਰਾਖੀ ਵਾਸਤੇ, ਇਹਨਾਂ ਦੇ ਹੌਸਲੇ ਵਾਸਤੇ ਵਾਰਸ ਪੰਜਾਬ ਦੀ ਜਥੇਬੰਦੀ ਨੇ ਜਿਹੜਾ ਇੱਥੇ ਮੋਰਚਾ ਲਾਇਆ ਹੋਇਆ ਹੈ। ਜਿੰਨਾ ਚਿਰ ਇਹਦਾ ਕੋਈ ਹੱਲ ਨਹੀਂ ਨਿਕਲਦਾ ਉਹਨਾਂ ਚਿਰ ਨਿਰੰਤਰ ਮੋਰਚਾ ਇਹਨਾਂ ਨੇ ਜਾਰੀ ਰੱਖਣ ਦੀ ਗੱਲ ਕੀਤੀ ਹੈ, ਤੇ ਉਹਦੇ ਨਾਲ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮਰਥਨ ਕਰਦੀ ਰਹੂਗੀ ਤੇ ਆਪਣੇ ਜਿੰਨੇ ਵੀ ਸਿੰਘ ਆ ਉਹ ਇੱਥੇ ਇਹਨਾਂ ਦੇ ਨਾਲ ਰਲ ਕੇ ਬੈਠੇ ਰਹਿਣਗੇ। ਔਰ ਇਹ ਜਿਹੜੀ ਲੜਾਈ ਹੈ ਇਹ ਮੁਸਲਮਾਨ ਤੇ ਸਿੱਖ ਦੀ ਨਹੀਂ ਹੈ, ਇਹ ਪੰਜਾਬੀ ਤੇ ਗੈਰ ਪੰਜਾਬੀ ਦੀ ਲੜਾਈ ਹੈ। ਤੇ ਜੇ ਸਾਡੀ ਪਾਰਟੀ ਇਹਨਾਂ ਦੇ ਕਿਤੇ ਦੁੱਧ ਕਰੋਨਾ ਦੇ ਵਿੱਚ ਰੋੜਦੇ ਸੀ ਤੇ ਅਸੀਂ ਡੀਸੀ ਨੂੰ ਮੈਮੋਰੈਂਡਮ ਦੇ ਕੇ ਸਰਦਾਰ ਮਾਨ ਸਾਹਿਬ ਨੇ ਇਹਨਾਂ ਦਾ ਦੁੱਧ ਰੋੜਨੋਂ ਬਚਾਇਆ, ਤੇ ਜੇ ਅਸੀਂ ਇਹਨਾਂ ਵਾਸਤੇ ਖਲੋ ਸਕਦੇ ਹਾਂ ਤੇ ਆਪਣੇ ਸਿੱਖਾਂ ਵਾਸਤੇ ਕਿਉਂ ਨਹੀਂ। ਅਸੀਂ ਕੋਟਲਾ ਗੁਜਰਾਂ ਸਰਦਾਰ ਕੁਲਵੰਤ ਸਿੰਘ ਦੀ ਜ਼ਿੰਮੇਵਾਰੀ ਨਾਲ ਵਾਰਸ ਪੰਜਾਬ ਦੇ ਨਾਲ ਇੱਥੇ ਆਪਣੀ ਜਥੇਬੰਦੀ ਦੀ ਜਿਹੜੀ ਸ਼ਮੂਲੀਅਤ ਉਹਨਾਂ ਚਿਰ ਰੱਖਾਂਗੇ ਜਿੰਨਾ ਚਿਰ ਇਹਦਾ ਹੱਲ ਨਹੀਂ ਨਿਕਲਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ TV, ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ TV ਨੂੰ ਫੋਲੋ ਜ਼ਰੂਰ ਕਰੋ, ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।